ਅੱਜ ਸ਼ਾਮੀ ਸਾਨੂੰ ਇਨਫੋਰਮੇਸ਼ਨ ਹੋਈ ਸੀ ਕਿ 8:24 ਦੇ ਕਰੀਬ ਇੱਥੇ 3 ਨੌਜਵਾਨ ਪਲਟੀਨਾ ਮੋਟਰਸਾਈਕਲ 'ਤੇ ਆਏ ਆ, ਨਕਾਬਪੋਸ਼ ਮੋਟਰਸਾਈਕਲ ਆਏ ਆ। ਆ ਕੇ ਜਿਹੜਾ ਇਹਨਾਂ ਦੇ ਪੈਟਰੋਲ ਪੰਪ ਦੇ ਸ਼ੋਰੂਮ ਦੇ ਅੰਦਰ ਗਏ ਆ, ਉੱਥੇ ਜਿਹੜੇ ਲੜਕੇ ਬੈਠੇ ਸੀ ਉਹਨਾਂ ਦੇ ਕੋਲੋਂ ਉਹ ਆਪਣਾ ਕੈਸ਼ ਸੰਭਾਲ ਰਹੇ ਸੀ, ਅਤੇ ਉਹਨਾਂ ਨੇ ਆ ਕੇ ਇੱਕ ਨੇ ਉਹਨਾਂ ਨੂੰ ਪਿਸਟਲ ਦਿਖਾਇਆ ਅਤੇ ਇੱਕ ਦੇ ਕੋਲੋਂ 20,000 ਰੁਪਏ ਜਿਹੜੇ ਦੁਸਰੇ ਨੇ ਅਤੇ ਇੱਕ ਦੇ ਕੋਲੋਂ 30,000 ਰੁਪਏ ਖੋ ਕੇ ਲੈ ਗਏ। ਅਤੇ ਉਸ ਵਕਤ ਜਿਹੜਾ ਸਾਡੇ ਪੁਲਿਸ ਪਾਰਟੀਆਂ ਮੌਕੇ 'ਤੇ ਆ ਗਈਆਂ, ਅਤੇ ਆ ਕੇ ਅਸੀਂ ਜੋ CCTV ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ ਅਤੇ ਉਹਦੀ ਅੱਗੇ ਤਫਤੀਸ਼ ਜਾਰੀ ਹੈ। CCTV 'ਚ ਸਰ ਸਾਹਮਣੇ ਆਇਆ ਕੁਛ ਕਿ ਉਹ ਫਿਲਹਾਲ ਤਾਂ CCTV ਦੇ ਵਿੱਚ 3 ਲੜਕੇ ਜਿਹੜੇ ਆ ਉਹ ਅੰਦਰ ਆਉਂਦੇ ਦਿਖਾਈ ਦੇ ਰਹੇ, ਨਕਾਬਪੋਸ਼ ਨੇ, ਉਹਨਾਂ ਦਾ ਫੇਸ ਨਜ਼ਰ ਨਹੀਂ ਆ ਰਹੇ ਅਤੇ ਬਾਕੀ ਜਿਹੜੀ ਹੈ ਤਫਤੀਸ਼ ਜਾਰੀ ਹੈ। ਪਲਟੀਨੇ ਦਾ ਨੰਬਰ ਵਗੈਰਾ ਵੀ ਆ? ਨਹੀਂ, ਨੰਬਰ ਨਹੀਂ, ਫਿਲਹਾਲ ਚੈੱਕ ਕਰ ਰਹੇ ਹਾਂ। ਪਿਸਟਲ ਇੱਕ ਨਹੀਂ ਦਿਖਾਇਆ ਕਿ ਤਿੰਨਾਂ ਕੋਲ ਸੀਗਾ ਜੀ? ਬਦਲ ਅਸੀਂ ਚੈੱਕ ਕਰ ਰਹੇ ਹਾਂ ਜੀ। ਠੀਕ ਹੈ, ਠੀਕ, ਥੈਂਕ ਯੂ।